ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦ ਟੀਵੀ ਐਨ ਆਰ ਆਈ ਤੁਹਾਨੂੰ ਸਾਰਿਆਂ ਨੂੰ ਨਰਾਤਿਆਂ ਦੇ ਪਹਿਲੇ ਦਿਨ ਦੀਆਂ ਦ ਟੀਵੀ ਐਨ ਆਰ ਆਈ ਦੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਦੱਸ ਦਈਏ ਨਰਾਤਿਆਂ ਦੇ ਪਵਿੱਤਰ ਤਿਉਹਾਰ ਤੇ ਮਾਤਾ ਰਾਣੀ ਦੇ ਨੌ ਰੂਪਾਂ ਦੀ ਪੂਜਾ ਬੜੇ ਹੀ ਵਿਧੀ ਵਿਧਾਨ ਦੇ ਨਾਲ ਕੀਤੀ ਜਾਂਦੀ ਹੈ ਦੱਸ ਦਈਏ ਕਿ ਮਾਤਾ ਰਾਣੀ ਯਾਨੀ ਕਿ ਦੁਰਗਾ ਮਾਤਾ ਦੇ ਨੌ ਰੂਪ ਹੁੰਦੇ ਹਨ ਜਿਨ੍ਹਾਂ ਵਿੱਚੋਂ ਪਹਿਲਾ ਰੂਪ ਮਾਂ ਸ਼ੈਲ ਪੁੱਤਰੀ ਦੇ ਨਾਮ ਤੋਂ ਜਾਣਿਆ ਜਾਂਦਾ ਹੈ ਤੇ ਆਓ ਜਾਣਦੇ ਹਾਂ ਪਹਿਲੇ ਨਰਾਤੇ ਦਾ ਕੀ ਮਹੱਤਵ ਹੈ ਤੇ ਕੀ ਇਸ ਦੇ ਵਿੱਚ ਹੁੰਦਾ ਹੈ ਤੇ ਕੀ ਮਾਂ ਸ਼ੈਲ ਪੁੱਤਰੀ ਦੀ ਪੂਰਨ ਗਾਥਾ ਹੈ ਦੇਵੀ ਮਾਂ ਦੇ ਨੌ ਰੂਪ ਹੁੰਦੇ ਹਨ ਅਤੇ ਦੁਰਗਾ ਜੀ ਪਹਿਲੇ ਸਰੂਪ 'ਚ ਸ਼ੈਲ ਪੁੱਤਰੀ ਦੇ ਨਾਮ ਨਾਲ ਜਾਣੀ ਜਾਂਦੀ ਹੈ ਪਰਬਤਰਾਜ ਹਿਮਾਲਿਆ ਦੇ ਘਰ 'ਚ ਪੁੱਤਰੀ ਦੇ ਰੂਪ 'ਚ ਪੈਦਾ ਹੋਣ ਕਾਰਨ ਇਸ ਦਾ ਨਾਮ ਸ਼ੈਲ ਪੁੱਤਰੀ ਰੱਖਿਆ ਗਿਆ ਨਰਾਤੇ ਪੂਜਨ 'ਚ ਪਹਿਲੇ ਦਿਨ ਇਸ ਦੀ ਹੀ ਪੂਜਾ ਕੀਤੀ ਜਾਂਦੀ ਹੈ ਹੁਣ ਜਾਣਦੇ ਹਾਂ ਮਾਂ ਸ਼ੈਲ ਪੁੱਤਰੀ ਦੀ ਕਥਾ ਇੱਕ ਵਾਰ ਪ੍ਰਜਾਪਤੀ ਦਕਸ਼ ਨੇ ਇੱਕ ਬਹੁਤ ਵੱਡਾ ਹਵਨ ਕੀਤਾ ਅਤੇ ਇਸ 'ਚ ਸਾਰੇ ਦੇਵਤਾਵਾਂ ਨੂੰ ਆਪਣਾ ਆਪਣਾ ਹਵਨ ਭਾਗ ਪ੍ਰਾਪਤ ਕਰਨ ਲਈ ਬੁਲਾਇਆ ਗਿਆ ਪਰ ਸ਼ੰਕਰ ਜੀ ਨੂੰ ਉਹਨਾਂ ਇਸ ਹਵਨ 'ਚ ਸੱਦਾ ਨਹੀਂ ਦਿੱਤਾ ਜਦੋਂ ਸਤੀ ਨੂੰ ਪਤਾ ਲੱਗਾ ਕਿ ਉਸਦੇ ਪਿਤਾ ਜੀ ਇੰਨਾ ਵੱਡਾ ਹਵਨ ਕਰ ਰਹੇ ਹਨ ਤਾਂ ਉਸਦਾ ਮਨ ਉੱਥੇ ਜਾਣ ਲਈ ਉਤਸੁਕ ਹੋਣ ਲੱਗਾ ਜਦੋਂ ਇਹਨਾਂ ਨੇ ਆਪਣੇ ਮਨ ਦੀ ਇੱਛਾ ਸ਼ੰਕਰ ਜੀ ਨੂੰ ਦੱਸੀ ਤਾਂ ਸਾਰੀਆਂ ਗੱਲਾਂ ਤੇ ਵਿਚਾਰ ਕਰਕੇ ਉਹਨਾਂ ਕਿਹਾ ਕਿ ਪ੍ਰਜਾਪਤੀ ਦਕਸ਼ ਕਿਸੇ ਗੱਲ ਤੋਂ ਸਾਡੇ ਨਾਲ ਗੁੱਸੇ ਹਨ ਉਹਨਾਂ ਸਾਰੇ ਦੇਵਤਾਵਾਂ ਨੂੰ ਇਸ ਹਵਨ 'ਚ ਸੱਦਾ ਦਿੱਤਾ ਅਤੇ ਉਹਨਾਂ ਨੂੰ ਹਵਨ ਭਾਗ ਵੀ ਸਮਰਪਿਤ ਕੀਤਾ ਪਰ ਸਾਨੂੰ ਜਾਣਬੁੱਝ ਕੇ ਨਹੀਂ ਬੁਲਾਇਆ ਗਿਆ ਇਸ ਤਰ੍ਹਾਂ ਸਾਡੇ ਉੱਥੇ ਜਾਣਾ ਬਿਲਕੁਲ ਵੀ ਠੀਕ ਨਹੀਂ ਹੋਵੇਗਾ ਸ਼ੰਕਰ ਜੀ ਦੇ ਇਸ ਹੁਕਮ ਦਾ ਸਤੀ ਨੂੰ ਗਿਆਨ ਨਾ ਹੋਇਆ ਉਹ ਹਵਨ 'ਚ ਜਾ ਕੇ ਆਪਣੀ ਮਾਂ ਅਤੇ ਭੈਣਾਂ ਨੂੰ ਮਿਲਣ ਲਈ ਉਤਸੁਕ ਹੋ ਗਈ ਉਸਦੀ ਇਹ ਉਤਸੁਕਤਾ ਦੇਖ ਸ਼ੰਕਰ ਜੀ ਨੇ ਸਤੀ ਨੂੰ ਹਵਨ 'ਚ ਜਾਣ ਦੀ ਇਜਾਜ਼ਤ ਦੇ ਦਿੱਤੀ ਜਦੋਂ ਸਤੀ ਪਿਤਾ ਘਰ ਪਹੁੰਚੀ ਤਾਂ ਉਸਨੇ ਦੇਖਿਆ ਕਿ ਕੋਈ ਵੀ ਉਸਦਾ ਆਦਰ ਸਤਿਕਾਰ ਨਹੀਂ ਕਰ ਰਿਹਾ ਅਤੇ ਨਾ ਹੀ ਕਿਸੇ ਨੇ ਉਸ ਨਾਲ ਪਿਆਰ ਨਾਲ ਗੱਲਬਾਤ ਕੀਤੀ ਸਿਰਫ ਉਸਦੀ ਮਾਂ ਨੇ ਹੀ ਉਸਨੂੰ ਗਲੇ ਲਗਾਇਆ ਭੈਣਾਂ ਦੀਆਂ ਗੱਲਾਂ 'ਚ ਹਾਸਰਸ ਅਤੇ ਮਖੌਲ ਭਰਿਆ ਹੋਇਆ ਸੀ ਰਿਸ਼ਤੇਦਾਰਾਂ ਨੇ ਇਸ ਵਿਵਹਾਰ ਨਾਲ ਉਸਦਾ ਮਨ ਬਹੁਤ ਦੁਖੀ ਹੋਇਆ ਉਸਨੇ ਦੇਖਿਆ ਕਿ ਉੱਥੇ ਚਤੁਰਦਿਕ ਭਗਵਾਨ ਸ਼ੰਕਰ ਜੀ ਦੇ ਮਨ 'ਚ ਸ਼ੰਕਰ ਜੀ ਵਿਰੁੱਧ ਬਦਨਾਮੀ ਦੀ ਭਾਵਨਾ ਭਰੀ ਹੋਈ ਸੀ ਦਕਸ਼ ਨੇ ਸ਼ੰਕਰ ਜੀ ਵਿਰੁੱਧ ਕੁਝ ਅਪਸ਼ਬਦ ਵੀ ਬੋਲੇ ਇਹ ਸਭ ਦੇਖ ਕੇ ਸਤੀ ਦਾ ਮਨ ਬਹੁਤ ਦੁੱਖ ਅਤੇ ਗੁੱਸੇ ਨਾਲ ਭਰ ਆਇਆ ਉਸਨੇ ਕਿਹਾ ਕਿ ਸ਼ੰਕਰ ਜੀ ਦੀ ਗੱਲ ਨਾ ਮੰਨ ਕੇ ਉਸਨੇ ਬਹੁਤ ਵੱਡੀ ਗਲਤੀ ਕੀਤੀ ਹੈ ਉਹ ਸ਼ੰਕਰ ਜੀ ਦੇ ਹੋਏ ਅਪਮਾਨ ਨੂੰ ਬਰਦਾਸ਼ਤ ਨਾ ਕਰ ਸਕੀ ਉਸਨੇ ਰੂਪ ਨੂੰ ਤੁਰੰਤ ਅੱਗ 'ਚ ਭਸਮ ਕਰ ਦਿੱਤਾ ਇਸ ਘਟਨਾ ਬਾਰੇ ਸੁਣ ਕੇ ਸ਼ੰਕਰ ਜੀ ਨੇ ਗੁੱਸੇ 'ਚ ਆ ਕੇ ਆਪਣੇ ਗੁਣਾਂ ਨੂੰ ਹਵਨ 'ਚ ਭੇਜ ਕੇ ਹਵਨ ਨੂੰ ਢਾਉਣ ਦਾ ਹੁਕਮ ਦਿੱਤਾ ਸਤੀ ਨੇ ਯੋਗਾਗਿਕ ਵੱਲੋਂ ਆਪਣੇ ਸਰੀਰ ਨੂੰ ਭਸਮ ਕਰਕੇ ਅਗਲੇ ਜਨਮ 'ਚ ਸ਼ੈਲ ਰਾਜ ਹਿਮਾਲਿਆ ਦੀ ਪੁੱਤਰੀ ਦੇ ਰੂਪ 'ਚ ਜਨਮ ਲਿਆ ਇਸ ਵਾਰ ਉਹ ਸ਼ੈਲ ਪੁੱਤਰੀ ਨਾਮ ਤੋਂ ਹੀ ਜਾਣੀ ਗਈ ਪਾਰਵਤੀ ਹੈਮਵਤੀ ਵੀ ਉਸਦੇ ਨਾਮ ਹਨ ਇਸ ਕਥਾ ਅਨੁਸਾਰ ਹੀ ਸ਼ੈਲ ਪੁੱਤਰੀ ਨੇ ਹੈਮਵਤੀ ਸਰੂਪ ਨਾਲ ਦੇਵਤਾਵਾਂ ਦਾ ਮਾਨ ਤੋੜ ਦਿੱਤਾ ਸੀ ਇਹ ਸੀ ਮਾਂ ਸ਼ੈਲ ਪੁੱਤਰੀ ਦੀ ਕਥਾ ਤੇ ਆਉਣ ਵਾਲੇ ਨਰਾਤਿਆਂ ਦੇ ਨਾਲ ਜੁੜੀ ਹੋਈ ਕਥਾਵਾਂ ਸੁਣਨ ਲਈ ਵੀ ਜੁੜੇ ਰਹੋ ਦ ਟੀਵੀ ਐਨ ਆਰ ਆਈ ਦੇ ਨਾਲ